ਅੱਜ ਜਿਹੜੇ ਹਾਲਾਤ ਪੰਜਾਬ 'ਚ ਬਣੇ ਨੇ ਉਹਦੇ ਉੱਤੇ ਐਸ ਕੇ ਐਮ ਦੀ ਸਪੈਸ਼ਲ ਮੀਟਿੰਗ ਹੋਈ ਆ। ਜਿੱਦਾਂ ਦੀ ਸਰਕਾਰ ਨੇ ਪੰਜਾਬ ਨੂੰ ਬੇਗਾਨੇ ਮੁਲਕ ਦੀ ਤਰ੍ਹਾਂ ਟ੍ਰੀਟ ਕਰਨ ਨੂੰ, ਸਾਨੂੰ ਬੇਗਾਨਗੀ ਦੀ ਤਰ੍ਹਾਂ ਬਣਾਇਆ, ਵੀ ਐਡੇ ਐਡੇ ਕਿਲ ਲਾਏ ਸੜਕਾਂ ਦੇ ਉੱਤੇ, ਰੋਕਿਆ ਅਤੇ ਬੈਰੀਕੇਡ ਬਣਾਏ ਨੇ, ਅਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸਰ ਢਾਏ ਨੇ ਉਹਦੀ ਅਸੀਂ ਪੂਰੀ ਜ਼ੋਰਦਾਰ ਨਿੰਦਾ ਕਰਦੇ ਹਾਂ। ਐਸ ਕੇ ਐਮ ਅੱਜ ਸਾਰੀਆਂ ਸਾਡੀਆਂ 33-34 ਜਥੇਬੰਦੀਆਂ ਇਕੱਠੀਆਂ ਐਮਰਜੈਂਸੀ ਮੀਟਿੰਗ 'ਚ ਸ਼ਾਮਿਲ ਹੋਈਆਂ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਦਾ ਪ੍ਰੋਗਰਾਮ ਆ ਸਾਡਾ ਭਾਰਤ ਬੰਦ ਦਾ, ਉਹਦੇ ਵਿੱਚ ਵੀ ਜਿਹੜਾ ਇਹ ਧੱਕਾ ਸਾਡੇ ਨਾਲ ਕੀਤਾ ਗਿਆ ਉਹਦੀ ਨਾਰਾਜ਼ਗੀ ਦੇ ਤੌਰ 'ਤੇ ਪੂਰਾ ਭਾਰਤ ਬੰਦ ਕੀਤਾ ਜਾਊਗਾ। ਅਤੇ ਨਾਲ ਦੀ ਨਾਲ ਇਸ ਜਿਹੜਾ ਰਵੱਈਆ ਵਰਤਾਇਆ ਜਾ ਰਿਹਾ ਸਰਕਾਰ ਦਾ, ਜਿਹੜਾ ਰਾਈਟਸ ਅਤੇ ਡਿਊਟੀਜ਼ ਹੁੰਦੀਆਂ ਨੇ, ਜਿੱਥੇ ਸਾਡੇ ਰਾਈਟਸ ਨੇ ਉੱਥੇ ਸਰਕਾਰ ਦੀ ਡਿਊਟੀਜ਼ ਬਣਦੀਆਂ ਨੇ। ਜਿਹੜਾ ਅੰਦੋਲਨ ਅਸੀਂ ਕਰ ਸਕਦੇ ਹਾਂ, ਸ਼ਾਂਤਮਈ ਅੰਦੋਲਨ ਜਿਹੜੇ ਕਿਸਾਨ ਕਰ ਰਹੇ ਨੇ, ਉਹਨਾਂ ਨੂੰ ਰਾਹ ਰੋਕੇ ਜਾ ਰਹੇ ਨੇ, ਉਹਨਾਂ ਦੇ ਰਾਹ ਖੁੱਲ੍ਹਣੇ ਚਾਹੀਦੇ ਨੇ। ਉਹ ਰਾਹ ਖੁਲਾਉਣ ਵਾਸਤੇ ਅਸੀਂ ਕੱਲ੍ਹ ਨੂੰ 15 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ, 2 ਵਜੇ ਤੱਕ ਸਾਰੇ ਟੂਲ ਪਲਾਜ਼ੇ ਫ੍ਰੀ ਕਰਾਂਗੇ, ਅਤੇ ਵੱਡੇ ਗਿਣਤੀ 'ਤੇ ਕਿਸਾਨ ਸਾਡੇ ਐਸ ਕੇ ਐਮ ਦੇ ਨਾਲ ਰਲਦੇ ਹੋਏ ਸਾਰੇ ਕਿਸਾਨ ਟੂਲ ਪਲਾਜ਼ਾ 'ਤੇ ਹਾਜ਼ਰੀ ਭਰਨਗੇ, ਅਤੇ ਉਹ ਵਿਰੋਧਤਾ ਜਾਹਰ ਕਰਨਗੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸਰ ਢਾਇਆ, ਅਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਜਿਹੜੀ ਲੰਬੇ ਸਮੇਂ ਤੋਂ ਐਸ ਕੇ ਐਮ ਵੀ ਉਹ ਮੰਗ ਪੱਤਰ ਰੱਖਦੀਆਂ ਨੇ, ਦੇ ਰਹੀਆਂ ਨੇ, ਸਰਕਾਰ ਬਿਲਕੁਲ ਉਹਦੇ ਗੂੰਗੀ ਹੋਈ ਹੋਈ ਆ, ਬੋਲੀ ਹੋਈ ਹੋਈ ਆ, ਸਰਕਾਰ ਉਹ ਸੁਣ ਨਹੀਂ ਰਹੀ, ਉਹਨਾਂ ਨੂੰ ਸੁਣਾ ਕੇ ਛੱਡਾਂਗੇ। ਅਤੇ ਇਹ ਕਿਸਾਨ ਜਿਹੜੇ ਬੈਠੇ ਨੇ, ਇਹਨਾਂ ਦੀਆਂ ਮੰਗਾਂ ਜਾਇਜ਼ ਹੋ ਕੇ ਇਹਨਾਂ ਨੂੰ ਰਾਹ ਖੋਲ੍ਹ ਕੇ ਅੱਗੇ ਦੇਣੇ ਚਾਹੀਦੇ ਨੇ। ਅਗਲੀ ਗੱਲ ਹਰਿਆਲ ਸਾਹਿਬ ਕਰਨੀ। ਅੱਜ ਦੀ ਜੋ ਹਰਮੀਤ ਸਿੰਘ ਕਾਦੀਆਂ, ਇਹਨਾਂ ਨੇ ਜੋ ਅੱਜ ਦੀ ਮੀਟਿੰਗ ਦੇ ਬਾਰੇ 'ਚ ਤੁਹਾਡੇ ਨਾਲ ਗੱਲ ਕੀਤੀ ਆ ਕਿ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਸਰਕਾਰ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਆ, ਉਹਦੀ ਮੌਕੇ 'ਤੇ ਇੱਕਦਮ ਐਕਸ਼ਨ ਲੈਣ ਲਈ ਇਹ ਅੱਜ ਦੀ ਮੀਟਿੰਗ ਉਲੀਕੀ ਗਈ ਸੀ, ਜਿਹਦੇ ਵਿੱਚ ਪੰਜਾਬ ਚੈਪਟਰ ਦੀਆਂ ਐਸ ਕੇ ਐਮ ਦੀਆਂ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਅੱਜ ਇਸ ਮੀਟਿੰਗ 'ਚ ਸ਼ਾਮਿਲ ਹੋਈਆਂ ਨੇ। ਸੋ ਇਸ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਜੋ ਕਾਦੀਆਂ ਜੀ ਨੇ ਦੱਸ ਦਿਓ, ਮੈਂ ਰਿਪੀਟ ਨਹੀਂ ਕਰੂੰਗਾ। ਅਗਲਾ ਜਿਹੜਾ ਹੈ 16 ਤਰੀਕ ਦੇ ਜੋ ਭਾਰਤ ਗ੍ਰਾਮੀਣ ਬੰਦ ਆ, ਉਹਦੇ ਵਿੱਚ ਵੀ ਕਾਦੀਆਂ ਸਾਹਿਬ ਨੇ ਦੱਸਤਾ ਕਿ ਸਰਕਾਰ ਦੇ ਜ਼ਬਰ ਦਾ ਜੋ ਵਿਰੋਧ ਆ ਅਸੀਂ ਉਹਦੇ 'ਚ ਵਿੱਚ ਵੀ ਕਰਾਂਗੇ, ਔਰ ਉਸ ਤੋਂ ਬਾਅਦ ਅਗਰ BJP ਆਪਦੀਆਂ ਇਹਨਾਂ ਚਾਲਾਂ ਦੇ ਵਿੱਚੋਂ ਨਾ ਸਾਈਡ 'ਤੇ ਹੋਈ, ਨਾ ਰੋਕੀਆਂ ਇਹ ਚਾਲਾਂ ਜਿਹੜੀਆਂ ਕਿਸਾਨਾਂ ਅਤੇ ਮਜ਼ਦੂਰਾਂ ਅਤੇ ਲੋਕਾਂ ਵਿਰੋਧੀ ਨੇ, ਔਰ ਖਾਸ ਕਰਕੇ ਕਿਸਾਨਾਂ ਨਾਲ ਇੱਕ ਇਸ ਤਰ੍ਹਾਂ ਦਾ ਜਿੱਦਾਂ ਦੇਸ਼ ਦੇ ਦੁਸ਼ਮਣਾਂ ਵਰਗਾ ਮਾਹੌਲ ਆ, ਜਿਹੜਾ ਦੇਸ਼ ਦੇ ਦੁਸ਼ਮਣ ਵਰਗਾ ਰਵੱਈਆ ਉਹ ਜਿਹੜਾ ਅਪਣਾ ਰਹੀ ਆ, ਇਹਦਾ ਜੋ ਪੁਰਜ਼ੋਰ ਅਸੀਂ ਆ ਜਿਹੜੀ ਇਹਦੀ ਵਿਰੋਧ ਕਰਦੇ ਹਾਂ। ਔਰ ਨਾਲ ਦੀ ਨਾਲ 16 ਤਰੀਕ ਦੇ ਐਕਸ਼ਨ ਤੋਂ ਬਾਅਦ ਅਸੀਂ 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਦੁਬਾਰਾ ਮੀਟਿੰਗ ਕਰਾਂਗੇ। ਅਗਰ BJP ਆਪਣੀਆਂ ਇਹਨਾਂ ਚਾਲਾਂ ਤੋਂ ਨਹੀਂ ਰੁਕਦੀ ਤਾਂ ਉਸ ਦਿਨ 18 ਦੀ ਮੀਟਿੰਗ ਦੇ ਵਿੱਚ ਅਸੀਂ BJP ਦੇ ਵਿਰੋਧ ਵਿੱਚ ਆਉਣ ਵਾਲੇ ਸਮੇਂ ਲਈ ਤਕੜਾ ਐਕਸ਼ਨ ਆ ਜਿਹੜਾ ਉਹ ਉਲੀਕਾਂਗੇ। ਸੋ ਜੋ ਸਾਡੇ ਨਾਲ ਅੱਜ ਦੇ ਪ੍ਰਧਾਨਗੀ ਮੰਡਲ 'ਚ ਜਮਹੂਰੀ ਕਿਸਾਨ ਸਭਾ ਤੋਂ ਕੁਲਵੰਤ ਸਿੰਘ ਸੰਧੂ ਨੇ, ਅਗਲੀ ਗੱਲ ਕੁਲਵੰਤ ਸਿੰਘ ਸੰਧੂ ਕਰਨਗੇ। ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਵੱਡੀ ਪੱਧਰ 'ਤੇ ਸਾਡੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਆ। ਜਿਵੇਂ ਹਰਮੀਤ ਜੀ ਨੇ ਅਤੇ ਬਲਜੀਤ ਜੀ ਨੇ ਦੱਸਿਆ ਵੀ ਜੋ ਸਾਡਾ ਡੈਮੋਕ੍ਰੇਟਿਕ ਰਾਈਟ ਆ ਉਹਨੂੰ ਕੰਟੇਨ ਕਰਨ ਦੀ ਕੋਸ਼ਿਸ਼ ਕੀਤੀ ਆ ਰਸਤੇ ਰੋਕ ਕੇ, ਜਿਵੇਂ ਕੋਈ ਬਗਾਨਾ ਮੁਲਕ ਹੋਵੇ ਇਸ ਤਰ੍ਹਾਂ ਕੰਧਾਂ ਬਣਾਈਆਂ ਗਈਆਂ ਰਸਤੇ ਦੇ ਵਿੱਚ, ਇਹ ਕੋਈ ਕਿਸੇ ਸਰਕਾਰ ਲਈ ਚੰਗਾ ਨਹੀਂ। ਸਾਡੇ ਵੱਲੋਂ ਮੰਗ ਇਹ ਆ ਵੀ ਜਿੱਥੇ ਉਹਨਾਂ ਨੇ ਕਿਸਾਨਾਂ 'ਤੇ ਟੀਅਰ ਗੈਸ ਛੱਡੇ ਆ,
ਰਬੜ ਦੀਆਂ ਬੁਲਟ ਛੱਡੀਆਂ, ਕੁਛ ਥਾਂ 'ਤੇ ਲਾਠੀਚਾਰਜ ਵੀ ਕੀਤਾ, ਬਾਰਡਰ ਕੈਨਨ ਦੀ ਵਰਤੋਂ ਵੀ ਕੀਤੀ ਆ। ਉੱਥੇ ਸਾਡਾ ਜਿਹੜਾ ਡੈਮੋਕ੍ਰੇਸੀ ਚੌਥਾ ਥੰਮ ਆ, ਮੀਡੀਆ ਵੀ ਨਹੀਂ ਬਖਸ਼ਿਆ। ਉੱਥੇ ਮੀਡੀਆ ਦੀਆਂ ਗੱਡੀਆਂ 'ਤੇ ਵੀ ਟੀਅਰ ਗੈਸ ਦੇ ਕੋਲ ਆਏ ਆ ਮੀਡੀਆ ਵਾਲੇ ਸੱਜਣ। ਅਸੀਂ ਆਪ ਟੀ ਵੀ 'ਤੇ ਦੇਖਦੇ ਰਹੇ ਹਾਂ, ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਉੱਥੇ ਦੀ ਕਵਰੇਜ ਕਰਦੇ ਰਹੇ ਹਾਂ। ਟੀਅਰ ਗੈਸ ਇੰਨਾ ਲੜਦੀ ਆ, ਉਹ ਜਿਹੜਾ ਪਾਣੀ ਬਾਰਡਰ ਕੈਨ ਕਰ ਰਿਹਾ ਉਹਦੇ ਵਿੱਚ ਕੈਮੀਕਲ ਪਾਇਆ ਆ। ਜਿਹੜੇ ਟੀਅਰ ਗੈਸ ਦੇ ਗੋਲੇ ਆ ਉਹ ਆਊਟਡੇਟਡ ਆ, ਐਕਸਪੈਰੀ ਡੇਟ ਦੇ ਆ। ਐਕਸਪੈਰੀ ਡੇਟ ਦਾ ਭਾਵ ਇਹ ਹੁੰਦਾ ਵਾ ਉਹਦੀ ਜਿਹੜੀ ਗੈਸ ਆ ਜ਼ਿਆਦਾ ਇਰੀਟੇਟ ਕਰਦੀ ਆ, ਚਮੜੀ 'ਤੇ ਜ਼ਿਆਦਾ ਲੜਦੀ ਆ, ਸਾਹ ਦੀ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਆ। ਉਹ ਜਿਹੜੇ ਐਕਸਪੈਰੀ ਡੇਟ ਦੇ ਵਰਤੇ ਜਾ ਰਹੇ ਆ, ਅਸੀਂ ਜਿੱਥੇ ਕਿਸਾਨਾਂ ਜਥੇਬੰਦੀਆਂ 'ਤੇ ਇਹ ਤਸ਼ੱਦਦ ਦੀ ਨਿਖੇਧੀ ਕਰਦੇ ਹਾਂ, ਉੱਥੇ ਸਾਡੇ ਭੈਣ ਭਰਾ ਆ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਆਮ ਲੋਕਾਂ ਦੀ ਜ਼ਬਾਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਦੇ ਨੰਗਿਆਂ ਕਰਨ 'ਚ ਵੀ ਹਿੱਸਾ ਪਾਉਣਾ, ਉਹਨਾਂ 'ਤੇ ਵੀ ਜਿਹੜਾ ਤਸ਼ੱਦਦ ਆਇਆ ਉਹਦੀ ਪੁਰਜੋ ਨਿਖੇਧੀ ਕਰਦੇ ਹਾਂ। ਜਿਵੇਂ ਪਹਿਲਾਂ ਕਿਹਾ ਗਿਆ, ਕੱਲ੍ਹ ਨੂੰ ਅਸੀਂ 3 ਘੰਟੇ ਦਾ ਟੋਲ ਫਰੀ ਕਰਨੇ ਹਾਂ। ਜੇ ਮਸਲਾ ਇੱਦਾਂ ਹੀ ਲਟਕਦਾ ਰਿਹਾ, ਰਸਤੇ ਖਾਲੀ ਨਾ ਕੀਤੇ, ਤਾਂ ਫਿਰ ਅਸੀਂ 18 ਤਰੀਕ ਦੀ ਮੀਟਿੰਗ ਕਰਕੇ ਅਗਲਾ ਕੋਈ ਤਕੜਾ ਐਕਸ਼ਨ ਕਰਾਂਗੇ ਔਰ ਜਿਹੜੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ। ਹਾਂਜੀ, ਤੁਸੀਂ ਮੈਂ ਪਹਿਲਾਂ ਕਹਿ ਕੇ ਹਟਿਆ, ਇਹ ਸੱਦਾ ਐਸ ਕੇ ਐਮ ਦਾ ਆ, ਉਗਰਾਹਾਂ ਜਥੇਬੰਦੀ ਸਾਡੇ ਆਲ ਇੰਡੀਆ ਐਸ ਕੇ ਐਮ ਦਾ ਪਾਰਟ ਆ। ਪੰਜਾਬ ਦੇ ਵਿੱਚ ਸਾਡੇ ਨਾਲ ਬਹੁਤ ਵਾਰੀ ਤਾਲਮੇਲ ਮਿਕਸ਼ਨ ਕਰਦੇ ਆ। ਇਹ ਜਿਹੜਾ ਕੱਲ੍ਹ ਦਾ ਸੱਦਾ ਆ ਇਹ ਐਸ ਕੇ ਐਮ ਦਾ ਸੱਦਾ ਆ, ਟੋਟਲ ਜਥੇਬੰਦੀਆਂ ਦਾ। ਕੁਝ ਜਥੇਬੰਦੀਆਂ ਹੋਰ ਵੀ ਕੱਲ੍ਹ ਨੂੰ ਕੋਈ ਹੋਰ ਐਕਸ਼ਨ ਕਰ ਰਹੀਆਂ, ਕੋਈ ਪੁਤਲੇ ਫੂਕ ਰਹੀਆਂ, ਕੋਈ ਡਿਮੋਨਸਟ੍ਰੇਸ਼ਨ ਕਰ ਰਹੀਆਂ। ਜਿਹੜਾ ਵਾਜਵਾਂ ਸੱਦਾ ਐਸ ਕੇ ਐਮ ਦਾ ਆ, ਉਹ 3 ਘੰਟੇ 11 ਤੋਂ 2 ਵਜੇ ਤੱਕ ਟੋਲ ਪਲਾਜੇ ਫਰੀ ਕਰਨੇ ਆ। 18 ਤਰੀਕ ਨੂੰ ਲੁਧਿਆਣੇ ਮੀਟਿੰਗ ਹੋ ਰਹੀ ਆ ਕਰਨੈਲ ਸਿੰਘ ਈਸ਼ਵਰੂ ਭਵਨ ਦੇ ਵਿੱਚ 11 ਵਜੇ। ਉਹਦੇ ਲਈ ਕੋਈ ਠੋਸ ਪ੍ਰੋਗਰਾਮ ਬਣਾਵਾਂਗੇ, ਜੇ ਸਰਕਾਰ ਦਾ ਵਤੀਰਾ ਇਹੀ ਹੈ। ਇਹਦੇ ਵਿੱਚ ਹਾਲੇ ਉਹਨਾਂ ਵੱਲੋਂ ਸਾਨੂੰ ਸੱਦਾ ਵੀ ਨਹੀਂ ਆਇਆ। ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ, ਮੰਗਾਂ ਸਾਰੀਆਂ ਉਹੀ ਆ ਜਿਹੜੀਆਂ ਅਸੀਂ ਲੈ ਕੇ ਲੜੇ ਹਾਂ, ਮੰਗਾਂ 'ਚ ਕੋਈ ਬਹੁਤਾ ਫਰਕ ਨਹੀਂ ਹੈ। ਸੁਣੋ, ਕਾਹਲੇ ਨਾ ਪਿਓ। ਉਹਨਾਂ ਨੇ ਰਾਤੀ 12 ਵਜੇ ਵੀਡੀਓ ਪਾਈ ਆ, ਡੱਲੇਵਾਲ ਸਾਹਿਬ ਨੂੰ ਪੁੱਛਿਆ ਮੀਡੀਆ ਵਾਲਿਆਂ ਨੇ ਵੀ ਤੁਸੀਂ ਇਸ ਸਕੀਮ ਨੂੰ ਨਾਲ ਲੈ ਰਹੇ ਹੋ। ਉਹਨੇ ਕਿਹਾ ਸਾਡਾ ਮੇਰਾ ਹਾਲੇ ਕੋਈ ਵਿਚਾਰ ਨਹੀਂ, ਅਸੀਂ 5 ਮੈਂਬਰ ਦੀ ਕਮੇਟੀ ਬਣਾਈ ਆ, ਉਹ ਫੈਸਲਾ ਕਰੂਗੀ ਕਿਹਨੂੰ ਲੈਣਾ ਨਹੀਂ ਲੈਣਾ। ਉਹਨਾਂ ਦੀ ਅਸੀਂ ਉਹ 'ਚ ਇੰਟਰਵੀ ਨਹੀਂ ਕਰ ਸਕਦੇ। ਜਿਹੜੀ ਵੀ ਐਜੀਟੇਸ਼ਨ ਲੜਦੀ ਆ ਜਥੇਬੰਦੀ, ਉਹ ਆਪਣੇ ਰੂਪ ਦੇ ਵਿੱਚ ਲੜਦੀ ਆ। ਅਸੀਂ ਜਿਹੜਾ ਕੱਲ੍ਹ ਨੂੰ ਕਰ ਰਹੇ ਹਾਂ ਉਹ ਕਿਸਾਨ ਜਥੇਬੰਦੀਆਂ ਦੇ ਰਿਪਰੈਸ਼ਨ ਦੇ ਖਿਲਾਫ਼, ਸਰਕਾਰ ਦਾ ਜਿਹੜਾ ਐਂਟੀ ਡੈਮੋਕ੍ਰੇਟ ਐਟੀਚਿਊਡ ਆ ਉਹਦੇ ਖਿਲਾਫ਼ ਕਰ। ਜਿਹੜਾ 16 ਤਰੀਕ ਦਾ ਬੰਦ ਆ ਉਹ ਇਸ ਤੋਂ ਪਹਿਲਾਂ ਸਾਡਾ ਐਸ ਕੇ ਐਮ ਵੱਲੋਂ ਐਲਾਨ ਕੀਤਾ ਹੋਇਆ ਅਤੇ ਪੂਰਾ ਆਲ ਇੰਡੀਆ ਦਾ ਬੰਦ ਆ, ਉਹ ਗ੍ਰਾਮੀਣ ਜਿਹੜਾ ਬੰਦ ਹੈਗਾ ਉਹਦਾ ਪ੍ਰੋਗਰਾਮ ਸਾਡਾ ਦਿੱਤਾ ਹੋਇਆ। ਇਸ ਕਰਕੇ 16 ਦੇ ਬੰਦ ਵਾਸਤੇ ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ, ਇਸ 'ਤੇ ਤਿਆਰੀਆਂ ਹੋਈਆਂ ਨੇ 16 ਨੂੰ ਪੂਰਾ ਭਾਰਤ ਬੰਦ ਰਹੇਗਾ। ਅਤੇ ਜਿਹੜਾ ਸਰਕਾਰ ਨੇ ਇਹ ਰਵੱਈਆ ਅਪਣਾਇਆ ਇਹਦੇ ਉਲਟ ਵੀ 16 ਦੇ ਲੋਕਾਂ ਦੀ ਭਾਵਨਾਵਾਂ ਉਹ ਉਜਾਗਰ ਹੋ ਕੇ ਆਉਣਗੀਆਂ। ਮੈਂ ਸਿਰਫ ਇੱਕ ਗੱਲ ਐਡ ਕਰਨੀ ਚਾਹੁੰਦਾ, ਇਸ ਨੂੰ ਮੈਂਸ਼ਨ ਕਰ ਦਿਓ, ਗਵਰਨਮੈਂਟ ਇਹ ਕਹਿ ਰਹੀ ਹੈ ਕਿ ਇਹ ਪੰਜਾਬ ਤੋਂ ਬਾਹਰ ਕੋਈ ਅੰਦੋਲਨ ਨਹੀਂ। 16 ਤਰੀਕ ਦਾ ਬੰਦ ਗਵਰਨਮੈਂਟ ਦੀਆਂ ਸਾਡੀਆਂ ਮੰਗਾਂ ਤੇ ਇਸ ਰਿਪਰੈਸ਼ਨ ਦੇ ਮਾਮਲੇ ਤੇ ਪੂਰੇ ਭਾਰਤ ਚ ਉਸਨੂੰ ਜਵਾਬ ਦੇ।
ਪੂਰੇ ਭਾਰਤ ਸਰ ਸੈਂਟਰ ਮਿਨਿਸਟਰ ਅਨੁਰਾਗ ਠਾਕੁਰ ਨੇ ਕਿਹਾ ਹੈਗਾ ਕਿ ਕਿਸਾਨ ਜਿਹੜੇ ਸਰਕਾਰ ਨਾਲ ਗੱਲ ਕਰਨ ਕਿਉਂਕਿ ਸਰਕਾਰ ਜਿਹੜੀ ਹੈ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ। ਕੋਈ ਹਾਲੇ ਤੱਕ ਐਸਕੇਐਮ ਨੂੰ ਇੱਕ ਵੀ ਸੰਦੇਸ਼ ਇਹੋ ਜਿਹਾ ਨਹੀਂ ਆਇਆ ਵੀ ਸਰਕਾਰ ਗੱਲ ਕਰਨ ਨੂੰ ਤਿਆਰ ਹੈ। ਐਸਕੇਐਮ ਕਦੀ ਵੀ ਟੇਬਲ ਟਾਕ ਤੋਂ ਨਹੀਂ ਭਜਦੀ, ਜਦੋਂ ਵੀ ਸਰਕਾਰ ਬੁਲਾਊਗੀ ਉੱਥੇ ਸਾਡੀ ਮੀਟਿੰਗ ਕਰਕੇ ਫੈਸਲਾ ਸਾਂਝੇ ਤੌਰ ਤੇ ਲਿੱਤਾ ਜਾਂਦਾ। ਗੱਲਬਾਤ ਤਿਆਰ ਨੂੰ ਕੋਈ ਮੀਟਿੰਗ ਨਹੀਂ ਕਿਹਾ ਜਾਂਦਾ, ਮੀਟਿੰਗਾਂ ਦੀਆਂ ਬਕਾਇਦਾ ਚਿੱਠੀਆਂ ਆਉਂਦੀਆਂ, ਟਾਈਮ ਸੈੱਟ ਕੀਤੇ ਜਾਂਦੇ ਆ, ਉਹ ਇਕੱਲੀ ਇਕੱਲੀ ਔਰਗਨਾਈਜੇਸ਼ਨ ਤੱਕ ਚਿੱਠੀ ਜਾਂਦੀ ਹੈ ਜਾਂ ਵਰਚੁਅਲ ਇਨਵੀਟੇਸ਼ਨ ਹੁੰਦੀ ਆ ਜਾਂ ਟੈਲੀਫੋਨ ਕਨਫਰਮੇਸ਼ਨ ਹੁੰਦੀ ਆ ਜਾਂ ਰਿਟਨ ਇਨਫੋਰਮੇਸ਼ਨ ਹੁੰਦੀ ਆ। ਜਿਹੜੀ ਜ਼ਿੰਮੇਵਾਰ ਸਰਕਾਰ ਧਾਰਿਆ ਉਹਨੇ ਟਾਈਮ ਰੱਖਣਾ ਹੁੰਦਾ, ਉਸ ਟਾਈਮ ਦੇ ਮੌਕੇ 'ਤੇ ਪਹੁੰਚਣਾ ਹੁੰਦਾ। ਮੀਟਿੰਗ ਜਿਹੜੀ ਬੇਗ ਨਹੀਂ ਹੁੰਦੀ ਕਦੇ ਵੀ, ਆ ਵੀ ਮੀਟਿੰਗਾਂ ਦੋ ਮੰਤਰੀ ਆਏ ਆ, ਉਦੋਂ ਪਹਿਲਾਂ ਇੰਟੈਲੀਜੈਂਸ ਦੀਆਂ ਦੋ ਮੀਟਿੰਗਾਂ ਹੋਈਆਂ, ਉਹ 'ਚੋਂ ਕੱਢਿਆ ਕੀ ਉਹਨਾਂ ਨੇ? ਜੇ ਸਰਕਾਰ ਤਿਆਰ ਹੀ ਨਹੀਂ, ਉਹਨਾਂ ਨੇ ਅੱਜ ਮੀਡੀਆ ਦੇ ਦਿੱਤਾ ਵੀ ਅਸੀਂ ਇਸ ਕੈ ਦੂਜੀ ਐੱਮ ਐੱਸ ਪੀ 'ਤੇ ਇਨ ਹਰੀ ਕੋਈ ਡਿਸੀਜਨ ਨਹੀਂ ਲੈ ਸਕਦੇ, ਕਹਿਤਾ ਨਾ ਉਹਨਾਂ ਨੇ। ਅਤੇ ਜੇ ਐੱਮ ਐੱਸ ਪੀ 'ਤੇ ਕੋਈ ਫੈਸਲਾ ਨਹੀਂ ਕਰ ਸਕਦੇ, ਮੀਟਿੰਗ ਕਾਹਦੀ ਕਰਨੀ ਉਹਨਾਂ ਨੇ? ਉਲਟਾ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਨਾ ਸ਼ੁਰੂ ਕਰਤਾ। ਇੱਕ ਸਵਾਲ ਹੈ ਕਿ ਤੁਸੀਂ ਦੱਸਦੇ ਹੋ ਕਿ ਮੰਗਾਂ ਸਾਡੀਆਂ ਇਕੱਠੀਆਂ ਨੇ, ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜੇਕਰ ਐਸਕੇਐਮ ਦਾ ਵੀ ਨਾਲ ਸਹਿਯੋਗ ਲਿੱਤਾ ਜਾਂਦਾ, ਮੀਟਿੰਗਾਂ ਕੀਤੀਆਂ ਜਾਂਦੀਆਂ ਇਸ ਅੰਦੋਲਨ ਤੋਂ ਪਹਿਲਾਂ, ਅੱਜ ਰੂਪਰੇਖਾ ਹੋਰ ਹੋਣੀ ਸੀ, ਜੋ ਗੱਲ ਸਾਰੇ ਦਿਨ ਤਸਵੀਰਾਂ ਨਿਕਲ ਕੇ ਆਈਆਂ ਨੇ, ਉਹ ਹਾਲਾਤ ਕੁਝ ਹੋਰ ਹੋਣੇ ਸੀ? ਕੁਦਰਤੀ ਗੱਲ ਹੈ, ਜੈਨੇਟਿਕ ਐਕਸ਼ਨ ਦਾ ਫਾਇਦਾ ਹੁੰਦਾ, ਕੋਈ ਸ਼ੱਕ ਵਾਲੀ ਗੱਲ ਨਹੀਂ। ਸਮਝਦੇ ਹੋ ਕਿ ਕਾਹਲੀ ਕੀਤੀ ਗਈ ਹੈ? ਦੇਖੋ, ਇਹਦੇ ਵਿੱਚ ਦੂਸਰੀਆਂ ਜਥੇਬੰਦੀਆਂ ਦੇ ਕੀ ਰੂਪਰੇਖਾ, ਕਿੱਦਾਂ ਉਹ ਲੜਨਾ ਚਾਹੁੰਦੀਆਂ ਨੇ, ਉਹ ਉਹਨਾਂ ਤੇ ਆ। ਜਿਹੜੀ ਸਾਡੀ ਐਸਕੇਐਮ ਆ, ਐਸਕੇਐਮ ਭਾਰਤ, ਐਸਕੇਐਮ ਭਾਰਤ ਤੈਅ ਕਰਦੀ ਆ, ਕਿਉਂਕਿ ਲੜਾਈ ਸਾਡੀ ਦੇਸ਼ ਪੱਧਰੀ ਆ, ਲੜਾਈ ਸਾਡੀ ਸੈਂਟਰ ਗੌਰਮੈਂਟ ਨਾਲ ਆ, ਉਸ ਕਰਕੇ ਸਾਡੀ ਇਕੱਲੀ ਸਟੇਟ ਨਾਲ ਲੜਾਈ ਨਹੀਂ ਹੈ। ਜੇ ਦੇਖਿਆ ਜਾਵੇ ਤਾਂ ਅੱਜ ਸਟੇਟ 'ਚ ਤਾਂ ਸਾਡੇ, ਪੰਜਾਬ 'ਚ ਤਾਂ ਸਾਡੀ ਠੀਕ ਆ, ਪੰਜਾਬ ਨਾਲ ਵੀ ਅਸੀਂ ਸਟੇਟ ਨਾਲ ਲੜ ਰਹੇ ਹਾਂ, ਪਰ ਜਿਹੜਾ ਸਾਡਾ ਡਿਮਾਂਡ ਚਾਰਟ ਆ, ਉਹ ਡਿਮਾਂਡ ਚਾਰਟ ਸੈਂਟਰ ਦੀਆਂ ਜਿਹੜੀਆਂ ਨੇ, ਉਹ ਸੈਂਟਰ ਮੰਗਾਂ ਪੂਰੀਆਂ ਕਰ ਸਕਦਾ। ਸੋ ਆਪਦੇ ਆਪਦੇ ਤਰੀਕੇ ਨੇ, ਐਸਕੇਐਮ ਦਾ ਇੱਕ ਇਹ ਤਰੀਕਾ, ਉਹਨੇ ਉਸੇ ਲੜੀ ਦੇ ਤਹਿਤ 16 ਤਰੀਕ ਦਾ ਭਾਰਤ ਬੰਦ ਕੀਤਾ, ਉਸੇ ਲੜੀ ਦੇ ਤਹਿਤ ਐਸਕੇਐਮ ਨੇ ਟ੍ਰੇਡ ਯੂਨੀਅਨਾਂ ਨੂੰ ਨਾਲ ਲਿਆ। ਅੱਜ ਦੇਸ਼ ਦਾ ਹਰ ਉਹ ਵਰਗ ਜਿਹੜਾ ਮਿਹਨਤ ਕਸ਼ ਆ, ਜਿਹੜਾ ਕੰਮ ਕਰਕੇ ਖਾਂਦਾ, ਅੱਜ ਉਹ ਪੂਰੇ ਦੇਸ਼ ਦਾ ਉਹ ਵਰਗ 16 ਤਰੀਕ ਨੂੰ ਸੜਕਾਂ 'ਤੇ ਹੋਊਗਾ। ਇਹ ਐਸਕੇਐਮ ਦੇ ਫੈਸਲੇ ਨੇ, ਅਸੀਂ ਇੱਕ ਬਕਾਇਦਾ ਤੌਰ 'ਤੇ ਇੱਕ ਕਹਿ ਲਓ ਵਿਧੀਵੰਤ ਤਰੀਕੇ ਨਾਲ ਲੜਾਈ ਲੜ ਰਹੇ ਹਾਂ, ਅਸੀਂ ਕੋਈ ਭਾਵਕ ਹੋ ਕੇ ਜਾਂ ਅਸੀਂ ਕੋਈ ਮਾਰਕੇਬਾਜ਼ੀ ਵਾਲੀ ਲੜਾਈ ਨਹੀਂ ਲੜ ਰਹੇ। ਤਸਵੀਰਾਂ ਵੀ ਆਈਆਂ ਨੇ ਕਿ ਪੰਜਾਬ ਦੀ ਹਦੂਦ ਦੇ ਅੰਦਰ ਡਰੋਨ ਆਉਂਦੇ ਨੇ, ਹਮਲਾ ਕੀਤਾ, ਤਾਂ ਪੰਜਾਬ ਸਰਕਾਰ ਨੂੰ ਕਿੱਥੇ ਵੇਖਦੇ ਹੋ ਇਹ ਸਾਰੀਆਂ ਚੀਜ਼ਾਂ ਤੇ ਕਿ ਪੁਲਿਸ ਪ੍ਰਸ਼ਾਸਨ ਜੇਕਰ ਉਹ ਵੀ ਅੱਗੇ ਆਉਂਦੀ ਹੈ? ਅਸੀਂ ਇਹ ਸਮਝਦੇ ਹਾਂ ਵੀ ਇੱਥੇ ਸਰਕਾਰ ਹੈ, ਸਰਕਾਰ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਨਹੀਂ ਕਰਦੀ ਹੁੰਦੀ। ਕਨਸਟੀਟਿਊਸ਼ਨ 'ਚ ਸਾਡਾ ਮੌਲਿਕ ਅਧਿਕਾਰ ਹੈ, ਦਿੱਲੀ ਸਾਡੀ ਰਾਜਧਾਨੀ ਹੈ, ਉੱਥੇ ਪੀਸਫੁਲ ਪ੍ਰੋਟੈਸਟ ਅਸੀਂ ਕਰ ਸਕਦੇ ਹਾਂ। ਨੈਸ਼ਨਲ ਹਾਈਵੇ 'ਤੇ ਜਾਣਾ ਸਾਡਾ ਮੌਲਿਕ ਅਧਿਕਾਰ ਹੈ। ਅਸੀਂ ਕਿਸੇ ਨੂੰ ਵਾਅਦਾ ਖੜੀ ਕਰੀਏ ਜਾਂ ਕੋਈ ਕਾਨੂੰਨ ਤੋੜੀਏ, ਫਿਰ ਤਾਂ ਸਰਕਾਰ ਸਾਨੂੰ ਰੋਕੇ। ਅਸੀਂ ਆਪਣੇ ਮੌਲਿਕ ਅਧਿਕਾਰ ਦੇ ਮੁਤਾਬਕ ਜਾ ਰਹੇ ਹਾਂ। ਉਹਨਾਂ ਨੇ ਸਾਡੇ ਭਰਾਵਾਂ ਨੂੰ ਉੱਥੇ ਰੋਕਿਆ, ਔਰ ਸਰਕਾਰਾਂ ਕਦੇ ਕਿੱਲ ਨਹੀਂ ਕੱਢਿਆ ਕਰਦੀਆਂ, ਸਰਕਾਰਾਂ ਕਦੇ ਏਡੇ ਸਟਰੋਂਗ ਸੀਮੈਂਟਡ ਬੈਰੀਕੇਡ ਨਹੀਂ ਖੜੇ ਕਰਿਆ ਕਰਦੀਆਂ। ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਦਾ, ਜਿਹੜਾ ਅਨਕੰਸਟੀਟਿਊਸ਼ਨਲ ਕੰਮ ਕਰਨ ਦਾ। ਉਹਨਾਂ ਨੇ ਜੋ ਕੀਤਾ ਟੋਟਲੀ ਅਨਕੰਸਟੀਟਿਊਸ਼ਨਲ ਕੀਤਾ, ਅਸੀਂ ਉਹਦੀ ਨਿੰਦਾ ਕਰਦੇ ਹਾਂ। ਪੰਜਾਬ 'ਚ ਇੱਕ ਮਿੰਟ, ਪੰਜਾਬ ਸਰਕਾਰ ਬਾਰੇ ਭੁਲੇਖ ਨਾ ਰਵੇ, ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਓਨਾ ਹੀ ਉਹਦਾ ਬੈਡ ਐਟੀਚਿਊਡ ਆ ਜਿਹੜੀ ਉਹ ਮੰਨ ਕੇ ਆਏ ਸੀਗੇ ਵੀ ਸਰੋਂ ਅਤੇ ਮੂੰਗੀ 'ਤੇ ਭਾਵ ਅੰਤਰ ਦਊਂਗਾ, ਜੇ ਘੱਟ ਰੇਟ 'ਤੇ ਵਿਕੂਗੀ ਮੈਂ ਪੂਰਾ ਰੇਟ ਪੂਰਾ ਕਰੂੰਗਾ, ਨਹੀਂ ਕੀਤਾ। ਉਹਨੇ ਗੰਨੇ ਦੇ ਪੈਸੇ ਨਹੀਂ ਹਾਲੇ ਤੱਕ ਦਿੱਤੇ, ਕੋਵਿਡ ਮਿੱਲਾਂ ਨਹੀਂ ਚਲਾਈਆਂ, ਬੜਾ ਲੇਟ ਆ, 9 ਮਿੱਲਾਂ ਬੰਦ ਪਈਆਂ, ਉਹਦੇ ਵਿਰੋਧ ਵੀ ਹੋਏ ਆ ਸਾਡੇ, ਤਰਨ ਤਾਰਨ ਸ਼ੇਰੋ ਮਿੱਲ ਬੰਦ ਪਈ ਆ।
ਡੀਸੀ ਨੇ ਕਿਸਾਨਾਂ ਨੂੰ ਕਿਹਾ ਮੈਂ ਤੁਹਾਡੀ ਗੱਲਬਾਤ ਕਰਾਊਂਗਾ ਤੇ ਅੰਦਰ ਪਹਿਲਾਂ, ਉਲਟਾ ਕਿਸਾਨਾਂ ਨੂੰ ਅੰਦਰ ਦੇ ਕੇ ਬਿਠਾ ਕੇ ਡੀਸੀ ਨੇ ਭਗਵੰਤ ਮਾਨ ਜਾਣ ਤੋਂ ਬਾਅਦ ਛੱਡਿਆ। ਉਹਦਾ ਵਤੀਰਾ ਕੋਈ ਚੰਗਾ ਨਹੀਂ, ਅਨਡੈਮੋਕਰੇਟ ਗਿਆ, ਪਰ ਆਪਣੀ ਛਿੱਲ ਬਚਾਉਣ ਲਈ ਉਹਨੇ ਆਪਣਾ ਇਲਾਕਾ ਅਗਾਂਹ ਕ੍ਰੋਸ ਕਰਾ ਲਿਆ। ਜੇ ਭਗਵੰਤ ਮਾਨ ਇਹ ਚਾਹੇ, ਪੰਜਾਬ ਦੇ ਲੋਕਾਂ ਦੇ ਸਭ ਤੋਂ ਵੱਧ ਅਸੀਂ ਦਿੱਲੀ ਏਅਰਪੋਰਟ ਦੀ ਵਰਤੋਂ ਕਰਦੇ ਹਾਂ, ਸਾਡੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਲੋਕ, ਦੁਆਬੇ ਦੇ ਖਾਸ ਤੌਰ 'ਤੇ ਬਹੁਤ ਸਾਰੇ ਲੋਕ ਵਿਦੇਸ਼ਾਂ ਗਏ ਆ, ਇਹਨਾਂ ਦਿਨਾਂ 'ਚ ਉਹ ਦਿਨਾਂ ਵਿਹਾਰਾਂ 'ਤੇ ਆ ਰਹੇ ਆ, ਇੰਨੀ ਪਰੇਸ਼ਾਨੀ ਹੋ ਰਹੀ ਆ। ਰੋਡਵੇਜ਼ ਅਤੇ ਪੈਪਸੂ ਤਾਂ ਇੱਥੇ ਰੁਕ ਗਈ ਸ਼ੰਭੂ ਵੱਡ ਤੋਂ ਪਹਿਲਾਂ ਉਹ ਤਾਂ ਹਰਿਆਣਾ 'ਚ ਇੰਟਰ ਵੀ ਨਹੀਂ ਹੋ ਰਹੀ। ਭਗਵੰਤ ਮਾਨ ਕਿੱਥੇ ਬੋਲ ਰਿਹਾ? ਪਾਣੀਆਂ ਦੇ ਮਸਲੇ 'ਤੇ ਨਹੀਂ ਬੋਲ ਰਿਹਾ, ਚੰਡੀਗੜ੍ਹ ਦੇ ਸਵਾਲ 'ਤੇ ਨਹੀਂ ਬੋਲ ਰਿਹਾ, ਪੰਜਾਬੀ ਭਾਸ਼ਾ ਦੇ ਸਵਾਲ 'ਤੇ ਨਹੀਂ ਬੋਲ ਰਿਹਾ। ਅਸੀਂ ਉਹਨੂੰ ਬਰਾਬਰ ਦਾ ਦੋਸ਼ੀ ਸਮਝਦੇ ਹਾਂ। ਉਸੇ ਕਾਰਨ ਹੀ ਸਾਨੂੰ ਰੱਖਣੀ ਪਈ ਕਿ ਉਹਨਾਂ ਦੇ ਤਸ਼ੱਦਦ ਹੋ ਰਿਹਾ, ਵੱਡੇ ਪੱਧਰ ਤੇ ਤਸ਼ੱਦਦ ਹੋ ਰਿਹਾ, ਉਹਨਾਂ ਦੇ ਕਾਰਨ ਹੀ ਮੀਟਿੰਗ ਸਾਨੂੰ ਕਰਨੀ ਪਈ। ਠੀਕ ਹੈ, ਉਹਨਾਂ ਦੀਆਂ ਗੱਲਾਂ ਲੀਡਰਾਂ ਦੀਆਂ ਜਿਹੜੀਆਂ ਨੇ ਕਈ ਤਰ੍ਹਾਂ ਦੀ ਆ ਰਹੀਆਂ ਨੇ, ਉਹਦੇ ਕਾਰਨ ਸਾਡੇ ਆਗੂ ਜਿਹੜੇ ਉਹ ਗੱਲ ਕਰਦੇ ਆ ਪਏ ਵੀ ਉਹਨਾਂ ਨੇ ਗੱਲ ਕਹਿਤੀ ਕਿ ਸਾਡੀ 5 ਮੈਂਬਰੀ ਕਮੇਟੀ ਕਰੂਗੀ। ਐਸਕੇਐਮ ਐਕਸ਼ਨ ਕਰ ਰਿਹਾ, ਐਸਕੇਐਮ ਕਰ ਰਿਹਾ, ਉਹਨਾਂ ਦੇ ਵਿਰੋਧ ਦੇ ਵਿੱਚ 3 ਘੰਟੇ ਟੂਲ ਪਲਾਜ਼ਾ ਕਰ ਰਿਹਾ, ਪਰਸੋਂ ਨੂੰ ਸਾਰਾ ਭਾਰਤ ਬੰਦ ਕਰ ਰਿਹਾ, ਕਿਸਾਨਾਂ ਦੇ ਨਾਲ ਪਿੱਠ ਤੇ ਖੜੇ ਆ, ਜਿਹੜੀ ਜਥੇਬੰਦੀ ਨਾਲ ਧੱਕਾ ਹੋ ਰਿਹਾ, ਐਸਕੇਐਮ ਬਰਾਬਰ ਖੜਾ। ਅੱਜ ਤਾਂ ਹੀ ਐਮਰਜੈਂਸੀ 'ਚ ਮੀਟਿੰਗ ਹੋਈ ਆ, ਕਿਉਂਕਿ ਕਿਸਾਨਾਂ ਦੀ ਮੁੱਖ ਜਿਹੜੀ ਭਾਰਤ ਦੇ ਵਿੱਚ ਹੈਗੀ ਉਹ ਐਸਕੇਐਮ ਵੱਡੀ ਆ, ਉਹਦਾ ਸਾਡੀ ਅਸੀਂ ਜ਼ਿੰਮੇਵਾਰੀ ਸਮਝਦੇ ਹਾਂ, ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਕਿਸਾਨਾਂ ਦੀ ਪਿੜ ਨਾਲ ਖੜਿਆ, ਜਿਹੜਾ ਉਹਨਾਂ ਦੇ ਐਕਸ਼ਨ ਕੀਤਾ ਉਹਦੀ ਸ਼ਬਦਾਂ 'ਚ ਨਿੰਦਾ ਕਰਦੇ। ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਐਸਕੇਐਮ ਕੀ ਉਹਨਾਂ ਸੱਦਾ ਨਹੀਂ ਅਸੀਂ ਉਡੀਕਾਂਗੇ, ਜੇ ਸਰਕਾਰ ਉਹਨਾਂ 'ਤੇ ਇਦੋਂ ਵੱਧ ਰਿਪਰੈਸ਼ਨ ਕਰਦੀ ਆ, ਨੋਰਮਲ ਆ ਸਿਚੁਏਸ਼ਨ, ਸਟੇਜ ਲੱਗ ਗਈ ਆ, ਗੱਲਬਾਤ ਦਾ ਸੱਦਾ ਆ ਗਿਆ, ਜੇ ਸਰਕਾਰ ਇਹ ਐਟੀਚਿਊਡ ਇੱਦਾਂ ਦਾ ਰੱਖੂਗੀ, ਅਸੀਂ ਐਕਸ਼ਨ ਕਰਾਂਗੇ, ਐਸਕੇਐਮ ਆਪਣੇ ਤੌਰ 'ਤੇ ਕਰਾਂਗੇ, ਇਹ ਜ਼ਰੂਰੀ ਨਹੀਂ ਪਏ ਅਸੀਂ ਤਿਆਰ ਪਰ ਤਿਆਰ ਬੈਠੇ। ਇੱਕ ਸਵਾਲ ਦਾ ਹੋਰ ਜਵਾਬ ਦਿਓ ਕਿ ਸ਼ੰਭੂ ਬਾਰਡਰ ਜਾਣ ਤੋਂ ਪਹਿਲਾਂ ਕਈ ਦੌਰ ਦੀ ਮੀਟਿੰਗ ਵੀ ਹੋਈ ਚੰਡੀਗੜ੍ਹ ਦੇ ਵਿੱਚ, ਉਹ ਮੀਟਿੰਗ 'ਚ ਸਿੱਟੇ ਨਿਕਲੇ ਕੀ? ਕੋਈ ਵੀ ਨਹੀਂ, ਇਹ ਦਾ ਜਵਾਬ ਉਹ ਦੇ ਰਿਹਾ ਸੀ, ਉਹ ਹੀ ਦੱਸ ਰਿਹਾ ਸੀ ਉਹਨਾਂ ਕੋਲੇ ਆ ਇਸ ਤੇ ਨੋ ਕਮੈਂਟ। ਐਸਕੇਐਮ ਉਹਦੇ 'ਚ ਕੋਈ ਸ਼ਾਮਲ ਨਹੀਂ ਸੀ, ਇਹਦਾ ਨੋ ਕਮੈਂਟ ਸਾਡੇ, ਇਹਦਾ ਜਵਾਬ ਜਿਹੜੀ ਲੀਡਰਸ਼ਿਪ ਮੀਟਿੰਗ ਆ ਸ਼ਾਮਲ ਸੀ, ਇਹਦਾ ਆਨਸਰ ਉਹ ਕਰਨ। ਅੱਛਾ, ਕਿ ਲੁਧਿਆਣੇ ਵਾਲੀ ਮੀਟਿੰਗ ਦੀ ਤੁਸੀਂ ਗੱਲ ਕਰ ਰਹੇ ਹੋ, ਕੋਈ ਦੁਬਾਰਾ ਦੱਸ ਦਿਓ, ਕਿ ਸਾਨੂੰ ਵੀ ਬੜੇ ਮੈਸੇਜ ਆ ਰਹੇ ਨੇ ਵੀ ਐਸਕੇਐਮ ਬੈਕ ਕਰੇਗਾ, ਕਿ ਤਾਂ ਕਰਕੇ ਅਸੀਂ ਵਾਰ-ਵਾਰ ਪੁੱਛ ਰਹੇ ਹਾਂ ਲੁਧਿਆਣੇ ਵਾਲੀ ਮੀਟਿੰਗ। ਅਸੀਂ ਮੌਕੇ ਦੀ ਪੋਜੀਸ਼ਨ ਦੇਖਦੇ ਹੋਏ ਜਿਹੜਾ ਅੱਜ ਫੈਸਲਾ ਦਿੱਤਾ, ਜੇ ਕਿਸਾਨਾਂ ਤੇ ਕਾਜ ਤਸ਼ਤ ਹੋਇਆ ਤਾਂ ਅਸੀਂ 15 ਤਰੀਕ ਦਾ ਪ੍ਰੋਗਰਾਮ ਰੱਖਤਾ, 16 ਤਰੀਕ ਦਾ ਸਾਡਾ ਭਾਰਤ ਬੰਦ ਰੱਖਿਆ ਹੋਇਆ ਹੈ, ਇਸ ਕਰਕੇ ਜੇ ਕੋਈ ਕੱਲ੍ਹ ਦੀ ਪੋਜੀਸ਼ਨ ਚੇਂਜ ਹੁੰਦੀ ਆ, ਅਸੀਂ ਸਾਰੇ ਹਾਜ਼ਰ ਹਾਂ, ਸਾਡੇ ਆ ਫੌਜਾਂ ਹਾਜ਼ਰ ਨੇ, ਕਿਸ ਤਰ੍ਹਾਂ ਦਾ ਵੀ ਸਰਕਾਰ ਦਾ ਪੂਰਾ ਵਿਰੋਧ ਅਸੀਂ ਕਰਨ ਨੂੰ ਸੋਚਾਂ ਨਾ, ਤਿਆਰ ਪਰ ਤਿਆਰ ਬੈਠੇ। ਜਵਾਬ ਦੇ ਦਿਓ ਜੀ, ਪੂਰੇ ਭਾਰਤ ਦੇ ਵਿੱਚ ਕੀ, ਪੂਰੇ ਪੰਜਾਬ ਕੀ, ਸਾਰੇ ਪਾਸੇ ਫਿਰ ਇੱਕ ਕਿਸਾਨਾਂ ਦੀ ਛਵੀ ਉਦਾਂ ਦੀ ਹੀ ਬੰਦੀ ਜਾ ਰਹੀ ਹੈ ਕਿ ਧਰਨੇ ਲੱਗ ਰਹੇ ਨੇ, ਇਹਨਾਂ ਵਜ੍ਹਾ ਕਰਕੇ ਪਰੇਸ਼ਾਨੀ ਹੋ ਰਹੀ ਹੈ, ਇਹਦੇ ਤੇ ਕੀ? ਦੇਖੋ, ਜਿਹੜੀ ਛਵੀ ਲੱਗੀ ਆ ਉਹ ਸਰਕਾਰ ਨੇ ਲਗਵਾਈ ਹੈ, ਸਰਕਾਰ ਉਹਦੇ ਹੱਥ 'ਚ, ਰਸਤੇ ਕਿਹਨੇ ਬੰਦ ਕੀਤੇ, 2-3 ਦਿਨ ਪਹਿਲਾਂ ਸੀਮਿੰਟ ਦੀ ਕਿਹਨੇ ਲਾਇਆ, ਕਿੱਲਾਂ ਕਿਹਨੇ ਲਾਈਆਂ, ਉਹ ਸਾਰੇ ਤੁਸੀਂ ਕਵਰ ਕੀਤਾ ਤੇ ਦੇਖੋ ਸਰਕਾਰ ਕਿੱਧਰ ਕਰ ਰਹੀ ਹੈ, ਡੈਮੋਕਰੇਸੀ ਦਾ ਘਾਣ ਹੋ ਰਿਹਾ, ਇਹ ਸ਼ਰਿਆਮ ਹੋ ਰਿਹਾ। ਸ਼ਾਂਤਮਈ ਕਿਸਾਨ ਜਾ ਰਹੇ ਸੀਗੇ, ਬੇਸ਼ੱਕ ਸਾਡੀ ਕੌਮ ਨਹੀਂ ਹੈ ਉਹ ਅਲੱਗ ਆ, ਪਰ ਉਹ ਸ਼ਾਂਤਮਈ ਜਾ ਰਹੇ ਸੀ, ਦਿੱਲੀ ਆਪਣਾ ਧਰਨਾ ਦੇਣ ਜਾ ਰਹੇ ਸੀ, ਅੱਜ ਦੇ ਨਹੀਂ ਜਾ ਰਹੇ ਕਿਸਾਨ, 50 ਸਾਲਾਂ ਦੇ ਜਾ ਰਹੇ ਆ, ਹਮੇਸ਼ਾ ਸ਼ਾਂਤਮਈ ਧਰਨਾ ਕਰਦੇ ਆ, ਸਭ ਤੋਂ ਵਰਲਡ ਦੇ ਵਿੱਚ ਜਿਹੜਾ ਸ਼ਾਂਤਮਈ ਧਰਨਾ ਹੋਇਆ ਐਸਕੇਐਮ ਨੇ ਕੀਤਾ ਤੇ ਕਾਮਯਾਬ ਹੋਇਆ, ਜਿੱਤੇ ਆ, ਤੇ ਇਹਨੂੰ ਇਸ ਗੱਲੋਂ ਕਦੀ ਸਰਕਾਰ ਨਹੀਂ ਕਹਿ ਸਕਦੀ ਵੀ ਇਹ ਕਦੀ ਵੀ ਆਪਣਾ ਗਲਤ ਸ਼ਬਦ ਜਾਂ ਕੋਈ ਵਰਤਦੇ ਆ,
ਨਾ ਕੋਈ ਕਿਸੇ ਦੰਗਾ ਕਰਦੇ ਆ, ਹਮੇਸ਼ਾ ਕਿਹੜਾ ਵੀ ਪ੍ਰੋਗਰਾਮ ਕਰਦੇ ਆ ਸ਼ਾਂਤਮਈ ਕਰਦੇ ਆ, ਕਿਸਾਨਾਂ ਨੂੰ ਮੱਲੋ ਮੱਲੀ ਬਦਨਾਮ ਕੀਤਾ ਜਾ ਰਿਹਾ। ਮੈਂ ਇਹਦੇ ਨਾਲ ਨਾਲ ਇਹ ਕਹਿਣਾ ਚਾਹੁੰਦਾ ਸਪੈਸ਼ਲ ਕਿ ਪੰਜਾਬ ਨੂੰ ਵੀ ਬਦਨਾਮ ਕੀਤਾ ਜਾ ਰਿਹਾ, ਜਿਹੜੇ ਆਵਾਜ਼ ਚੱਕਦੇ ਹਮੇਸ਼ਾ ਆਵਾਜ਼ ਉੱਪਰ ਲੈ ਕੇ ਜਾਂਦੇ ਆ, ਤਾਂ ਇਹ ਸਰਕਾਰ ਪੰਜਾਬ 'ਤੇ ਟਾਰਗੇਟ ਕਰਕੇ ਕਰ ਰਹੀ ਆ। ਜਿੱਥੇ ਪ੍ਰੋਗਰਾਮ ਦਿੱਲੀ ਦਾ ਸੀ, ਦਿੱਲੀ ਜਾ ਕੇ ਗੱਲ ਦੇਖਦੇ, ਜਾਣ ਕੇ ਪੰਜਾਬ 'ਤੇ ਟਾਰਗੇਟ ਕੀਤਾ ਜਾ ਰਿਹਾ। ਦੇਖੋ ਯੂਰਪ ਦੇ ਦਸਾਂ ਮੁਲਕਾਂ 'ਚ ਐਜੀਟੇਸ਼ਨ ਹੋਈ ਆ, ਟਰੈਕਟਰ ਮਾਰਚ ਹੋਏ ਆ, ਤੁਸੀਂ ਮੁਲਕ ਜਾਣਦੇ ਹੋ, ਕਦੇ ਸੜਕ ਕੋਈ ਸੜਕਾਂ ਸਰਕਾਰ ਨੇ ਰੋਕੀਆਂ ਕਿਤੇ? ਕਿਤੇ ਕਿਸਾਨਾਂ ਨੂੰ ਰੋਕਿਆ, ਪ੍ਰੋਟੈਸਟ ਕੀਤਾ? ਕਿਸਾਨਾਂ ਨੇ ਆਪਣੀਆਂ ਮੰਗਾਂ ਕੁਛ ਮੰਨੀਆਂ ਕੁਛ ਨਹੀਂ ਮੰਨੀਆਂ, ਵੱਖਰੀ ਗੱਲ ਆ, ਪਰ ਪ੍ਰੋਟੈਸਟ ਕਰਨ ਦਾ ਅਧਿਕਾਰ ਤਾਂ ਦਿੱਤਾ ਯੂਰਪ ਦੇ ਮੁਲਕਾਂ ਨੇ, ਇਹ ਕੰਧਾਂ ਤਾਂ ਕੀਤੀਆਂ ਸਰਕਾਰ ਨੇ ਖੜੀਆਂ, ਕਿਸਾਨਾਂ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ? ਇਹੋ ਜਿਹੀ ਡੈਮੋਕ੍ਰੇਸੀ ਕਦੇ ਵਰਲਡ 'ਚ ਨਹੀਂ ਦੇਖੀ ਗਈ ਜਿਹੜੀ ਆਹ ਹੁਣ ਇੰਡੀਆ 'ਚ ਦੇਖ ਰਹੇ ਆ, ਤੇ ਆਹ ਜਿਹੜੇ ਸਮੇਂ 'ਚ ਆਪਾਂ ਨਿਕਲ ਰਹੇ ਹਾਂ। ਤੁਹਾਨੂੰ ਲੱਗਦਾ ਕਿ ਇੱਕ ਤਰ੍ਹਾਂ ਨਾਲ ਪਿਕਚਰ ਇਸ ਤਰ੍ਹਾਂ ਦੀ ਬਣ ਰਹੀ ਹੈ ਕਿ ਫਾਰਮਰਸ ਡਿਵਾਈਡਡ, ਮਤਲਬ ਇਸ ਤਰ੍ਹਾਂ ਦੀ ਇੱਕ ਪਿਕਚਰ, ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਭਰਾ ਉੱਤੇ ਫੱਟਾ ਰੋ ਰਿਹਾ ਹੈ, ਤੇ ਤੁਸੀਂ ਕ੍ਰਾਸ ਨਹੀਂ ਕਰ ਪਾ ਰਹੇ ਹੋ, ਕ੍ਰਾਸ ਕਰਨਾ ਚਾਹੁੰਦੇ ਹੋ, ਤੁਸੀਂ ਲਾਸਟ ਦੇਖੋ ਜਿਹੜਾ ਇੱਥੇ ਬੈਠੋ ਬੈਠੇ ਤੁਸੀਂ ਸਪੋਰਟ ਕਰ ਰਹੇ ਹੋ, ਉਹਦਾ ਤਾਂ ਕੋਈ ਫਾਇਦਾ ਨਹੀਂ ਹੈ। ਨਹੀਂ, ਪਿਛਲੀ ਵਾਰੀ ਵੀ ਇਦਾਂ ਸੀ, ਸਾਰੇ ਇਕਥਾਂ ਨਹੀਂ ਸੀ, ਸਾਰੇ ਇਕੱਠੇ ਆਪੋ ਆਪਣੇ ਲੈਵਲ ਤੇ ਐਕਸ਼ਨ ਕਰਦੇ ਆ, ਅਸੀਂ ਐਕਸ਼ਨ ਤੁਹਾਡੇ ਸਾਹਮਣੇ 2 ਦਿਨ ਦਾ ਦਿੱਤਾ, ਇਮੀਡੀਏਟ ਮੀਟਿੰਗ ਕੀਤੀ ਆ, ਕੱਲ ਉਹਨਾਂ ਤੇ ਰਿਪਰੈਸ਼ ਹੋਇਆ, ਕੱਲ ਨੂੰ ਅਸੀਂ ਬੰਦ ਕਰ ਰਹੇ ਹਾਂ। ਜਿਹੜਾ ਸਾਡਾ 16 ਤਰੀਕ ਦਾ ਫੈਸਲਾ ਹੈ, ਉਹ 16 ਤਰੀਕ ਦਾ ਫੈਸਲਾ ਇਹਨਾਂ ਮੰਗਾਂ ਤੇ ਹੀ ਆ, ਸਾਰੇ ਦੇਸ਼ ਨੂੰ ਪਿੰਡਾਂ ਤੱਕ ਬੰਦ ਕਰਨਾ, ਇਹ ਸਾਰਾ ਕੁਝ ਆ ਜਿਹੜਾ ਪਲਾਨ ਢੰਗ ਨਾਲ ਸਰਕਾਰ ਕਰ ਰਹੀ ਆ। ਉਹ ਕਿਸਾਨਾਂ ਨੂੰ ਇਹ ਸਮਝਦੀ ਆ ਵੀ ਕਿਸਾਨਾਂ ਨੂੰ ਅਸੀਂ ਵੰਡ ਰਹੇ ਹਾਂ, ਯੂਨਾਈਟਡ ਨੇ ਕਿਸਾਨ, ਅਸੀਂ ਕਿਸਾਨਾਂ ਨਾਲ ਉੱਥੇ ਧੱਕਾ ਹੋਇਆ, ਅਸੀਂ ਐਟ ਏ ਟਾਈਮ ਅਰਜੈਂਟ ਅੱਜ ਮੀਟਿੰਗ ਇਸੇ ਕਰਕੇ ਕਰ ਰਹੇ ਹਾਂ ਕਿ ਕਿਸਾਨਾਂ ਨਾਲ ਸਰਕਾਰ ਨੇ ਧੱਕਾ ਕੀਤਾ। ਜੇ ਸਰਕਾਰ ਦਾ ਵਤੀਰਾ ਇਹੀ ਰਿਹਾ ਤਾਂ ਅਸੀਂ ਇਹਨੂੰ ਵੱਡੇ ਐਕਸ਼ਨ ਕਰ ਸਕਦੇ ਹਾਂ। ਐਸ ਕੇ ਐਮ ਭਾਰਤ ਦੀ ਇੱਕ ਮੰਚ ਆ, ਪੂਰੇ ਭਾਰਤ ਦੇ ਕਿਸਾਨਾਂ ਦਾ, ਔਰ ਇਸ ਟਾਈਮ ਉਹ ਇਕੱਲੇ ਕਿਸਾਨਾਂ ਦਾ ਨਹੀਂ, ਉਹ ਨਾਲ ਟ੍ਰੇਡ ਯੂਨੀਅਨ ਆ, ਨਾਲ ਜਿੰਨੇ ਵੀ ਮਜ਼ਦੂਰ ਨੇ, ਕਿਰਤੀ ਲੋਕ ਨੇ, ਉਹ ਸਾਰਿਆਂ ਦਾ ਫਰੰਟ ਆ। ਇਹ ਗੱਲ ਨਹੀਂ ਹੈ, ਇਹਦੇ ਤੇ ਕੋਈ, ਜੇ ਕਹੀਏ ਵੀ ਅਸੀਂ ਕੋਈ ਕਮਜ਼ੋਰ ਆ ਜਾਂ ਅਸੀਂ ਡਰਦੇ ਆ, ਇਹ ਗੱਲ ਨਹੀਂ ਹੈ। ਜੇ ਹਾਂ, ਰਾਜੇਵਾਲ ਸਾਹਿਬ ਕਹਿਣਾ ਚਾਹੁੰਦੇ ਨੇ, ਕੋਈ ਵਖਰੇਵਾਂ ਨਹੀਂ, ਕਈ ਵਾਰੀ ਤੁਹਾਨੂੰ ਭੁਲੇਖਾ ਲੱਗਦਾ, ਜੇ ਵਖਰੇਵਾਂ ਹੁੰਦਾ ਤਾਂ ਅੱਜ ਕੋਈ ਐਮਰਜੈਂਟ ਮੀਟਿੰਗ ਨਾ ਹੁੰਦੀ, ਜੇ ਵਖਰੇਵਾਂ ਹੁੰਦਾ ਤਾਂ ਅਸੀਂ ਕੱਲ ਦਾ ਇਮੀਡੀਏਟਲੀ ਪ੍ਰੋਗਰਾਮ ਨਾ ਦਿੱਤਾ ਹੁੰਦਾ, ਜੇ ਵਖਰੇਵਾਂ ਹੁੰਦਾ ਤਾਂ ਅਸੀਂ 18 ਨੂੰ ਇਹ ਤੋਂ ਵੀ ਵੱਡੇ ਐਕਸ਼ਨ ਲਈ ਮੀਟਿੰਗ ਨਾ ਸੱਦੀ ਹੁੰਦੀ। ਇਹਦਾ ਰਿਜ਼ਲਟ ਦੇਖ ਕੇ 2 ਦਿਨ ਜੇ ਫੇਰ ਵੀ ਸਰਕਾਰ ਨਾ ਟਲੀ, ਰਿਪਰੈਸ਼ਨ ਬੰਦ ਨਾ ਹੋਇਆ, ਤਾਂ 18 ਨੂੰ ਹੋਰ ਸਖ਼ਤ ਐਕਸ਼ਨ ਲਈ ਮੀਟਿੰਗ ਸੱਦਣੀ ਗਈ ਹੈ। ਜਿਹੜਾ ਤੁਹਾਡਾ ਕੁਐਸਚਨ, ਉਹਦਾ ਆਨਸਰ ਇਹ ਆ, ਅਸੀਂ ਦੇਖ ਰਹੇ ਹਾਂ ਸਰਕਾਰਾਂ ਕਿਹਦਾ ਵਤੀਰਾ ਕਰ ਰਹੀਆਂ ਨੇ, ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਲੋਕਾਂ ਦੇ, ਉਹਨਾਂ ਦਾ ਪੂਰਾ ਤੋੜ ਅਸੀਂ ਲੱਭ ਕੇ ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਹਾਂ, ਅਤੇ ਉਹ ਤੁਹਾਡੇ ਸਾਹਮਣੇ ਉਹ ਵਤੀਰਾ ਆਜੂਗਾ। ਵੇਟ ਐਂਡ ਵਾਚ, ਹਾਲੇ ਸਰਕਾਰਾਂ ਜਿਹੜੀਆਂ ਚਾਲਾਂ ਖੇਡ ਰਹੀਆਂ, ਡਿਵਾਈਡ ਦੇਖਣ ਦੀ ਰੋਡ ਕਰ ਰਹੀਆਂ ਨੇ, ਆਉਂਦੇ ਵਾਲੇ ਸਮੇਂ ਤੁਹਾਨੂੰ ਖਤਮ ਹੋ ਜਾਊਗਾ।